Good Choice Studio and Islamic Network. ਨੀਆਂ ਦੂਆਂ ਪਾਸੋਂ ਇੰਜੇ ਯਕੀਨ ਕਰੋ ਆਪ ਹੈ ਇਹ ਪਤਾ ਕਦੋਂ ਲੱਗਦਾ ਉਹ ਦੂਰੋਂ ਚੰਗੇ ਸਨ ਨੇੜੇ ਆਏ ਤੇ ਪਤਾ ਲੱਗਿਆ ਕੀ ਗੱਲ ਪਾ ਲਈਏ ਮੁਸੀਬਤ ਹੁਣ ਮੈਂ ਤੁਹਾਡੇ ਸਾਹਮਣੇ ਗੱਲ ਕਰਨ ਲੱਗਾ ਚਾ ਸੁਣਾਈ ਨਾ ਤੁਹਾਨੂੰ ਤੇ ਮੈਂ ਅੱਜ ਤੋਂ ਬਾਅਦ ਤਕਰੀਰ ਛੱਡ ਦਿਆਂਗਾ ਕੀ ਫਾਇਦਾ ਹੈ ਜੀ ਤਕਰੀਰ ਦਾ ਜਿਹੜੀ ਕਿਸੇ ਦੇ ਦਿਲ 'ਚ ਨਾ ਉਤਰੇ ਉਮੇ ਮਾਬਦ ਨੇ ਨਾ ਉਮੇ ਮਾਬਦ ਮਾਬਦ ਦੀ ਮਾਂ ਨੇ ਹੈਰਤ ਨਾਲ ਵੇਖ ਰਹੀ ਹੈ ਹੋ ਕੀ ਰਿਹਾ ਬੱਕਰੀ ਇਤਨਾ ਦੁੱਧ ਹੈ ਹਜ਼ੂਰ ਨੇ ਖਾਲੀ ਹੱਥ ਫੇਰਿਆ ਬੱਕਰੀ ਦਾ ਦੁੱਧ ਇੰਨਾ ਹੋ ਗਿਆ ਉਹ ਇਹ ਵੇਖ ਕੇ ਨਾ ਮੰਜ਼ਰ ਭੁੱਲ ਹੀ ਗਏ ਕਿ ਅਸੀਂ ਨਾਂ ਤੇ ਪੁੱਛੀਏ ਕੌਣ ਹੋ ਕਿੱਥੋਂ ਆਏ ਹੋ ਕੀ ਕਰਦੇ ਹੋ ਰਹਿੰਦੇ ਕਿੱਥੇ ਹੋ ਉਹ ਖਾਲੀ ਵੇਖਦੇ ਹੀ ਰਹੇ ਸਾਡੇ ਨਾਲ ਬਣੀ ਕੀ ਹੈ ਅੱਜ ਸਾਡੇ ਘਰ ਹੋਇਆ ਕੀ ਹੈ ਹਜ਼ੂਰ ਚਲੇ ਗਏ ਤਸ਼ਰੀਫ ਲੈ ਗਏ ਇਹ ਦੋਵੇਂ ਮਾਂ ਪੁੱਤਰ ਵੇਖਦੇ ਹੀ ਰਹੇ ਸ਼ਾਮ ਹੋਈ ਬੰਦਾ ਘਰ ਆਇਆ ਮਾਬਦ ਦਾ ਪਿਓ ਉਮੇ ਮਾਬਦ ਦਾ ਸ਼ੋਹਰ ਅਬੂ ਮਾਬਦ ਮਾਬਦ ਦਾ ਪਿਓ ਅਬੂ ਮਾਬਦ ਘਰ ਆਇਆ ਨਾ ਚੁੰਗੀ ਵਾਲਿਓ ਉਹਨੇ ਘਰ ਆ ਕੇ ਵੇਖਿਆ ਅੱਜ ਘਰ ਦਾ ਨਕਸ਼ਾ ਕੋਈ ਬਦਲਿਆ ਅੱਜ ਇਜਾਜ਼ਤ ਹੋਵੇ ਜੁਮਲਾ ਹੋਰ ਬੋਲਦੇ ਹਾਂ ਅੱਜ ਸਾਡੇ ਘਰ ਦੀਆਂ ਟੋਰਾਂ ਕੁਝ ਹੋਰ ਹੀ ਨੇ ਜਿਵੇਂ ਤੁਹਾਡੇ ਘਰ ਅਚਾਨਕ ਮਹਿਫਲ ਆ ਗਈ ਹੈ ਉਹਨੇ ਵੇਖਿਆ ਅੱਜ ਘਰ ਦਾ ਕੋਈ ਰੌਣਕ ਮਾਹੌਲ ਉਹਨੇ ਆਪਣੀ ਬੀਵੀ ਕੋਲੋਂ ਪੁੱਛਿਆ ਭੱਲੀਏ ਲੋਕੇ ਗੱਲ ਕੀ ਹੈ ਉਹਨੇ ਕਿਹਾ ਮੈਂ ਤੈਨੂੰ ਕੀ ਦੱਸਾਂ ਅੱਜ ਸਾਡੇ ਘਰ ਇੱਕ ਬੰਦਾ ਆਇਆ ਉਹਨੇ ਕਿਹਾ ਬੰਦਾ ਕੌਣ ਸੀ ਉਹਨੇ ਕਿਹਾ ਇੰਝ ਹੱਥ ਫੇਰਿਆ ਬੱਕਰੀ ਇੰਨਾ ਦੁੱਧ ਦੇ ਰਹੀ ਹੈ ਇਹ ਵੇਖ ਬੱਕਰੀ ਦੀ ਹਾਲਤ ਵੇਖ ਉਹਨੇ ਕਿਹਾ ਹੈ ਕੌਣ ਸੀ ਹੁਣ ਇਹਨਾਂ ਨੂੰ ਅੱਗੋਂ ਨਾਂ ਹੀ ਨਾ ਪਤਾ ਹੋਵੇ ਇਹਨਾਂ ਨਾਂ ਪੁੱਛਿਆ ਹੀ ਨਹੀਂ ਇਹਨਾਂ ਆਪਣੇ ਕੋਲੋਂ ਹੀ ਦੋਵਾਂ ਮਾਂ ਪੁੱਤਰਾਂ ਨਾਂ ਰੱਖ ਲਿਆ ਕਹਿੰਦੇ ਸਾਡੇ ਘਰ ਇੱਕ ਮੁਬਾਰਕ ਆਇਆ ਸੀ ਸਾਡੇ ਘਰ ਕੌਣ ਆਇਆ ਸੀ ਮੁਬਾਰਕ ਦਾ ਮਾਨਾ ਹੁੰਦਾ ਬਰਕਤ ਵਾਲਾ ਮੁਬਾਰਕ ਦਾ ਮਾਨਾ ਕੀ ਹੁੰਦਾ ਉਹਨੇ ਕਿਹਾ ਬਰਕਤ ਵਾਲਾ ਆਇਆ ਹੁਣ ਜਨਾਬ ਕੀ ਹੋਏ ਉਮੇ ਮੁਬਾਰਕ ਨਾ ਇਹਦਾ ਆਹ ਸੁਭਾਨ ਅੱਲਾ ਜਿਉਂਦੇ ਰਹੋ ਸੋਹਣਾ ਵੀ ਲੱਗਦਾ ਪਿਆ ਅੱਲਾ ਬਰਕਤ ਦੇਵੇ ਤਵੱਜੋ ਮੇਰੇ ਵੱਲ ਬਾਈ ਇੱਕ ਵਾਰੀ ਕਹੋ ਸੁਭਾਨ ਅੱਲਾ ਹੁਣ ਜਨਾਬ ਉਹ ਰਲ ਕੇ ਘਰ ਬੈਠੇ ਨਾ ਉਹਨੇ ਕਿਹਾ ਭੱਲੀਏ ਲੋਕੇ ਕੌਣ ਸੀ ਉਹਨੇ ਕਿਹਾ ਮੈਂ ਤੈਨੂੰ ਕੀ ਦੱਸਾਂ ਆਏ ਹਾਏ ਹੁਣ ਇਹ ਜੁਮਲਾ ਉਮੇ ਮਾਬਦ ਦਾ ਉਹਨੇ ਕਿਹਾ ਕੋਈ ਗੱਲ ਤੇ ਸੁਣਾ ਮੁਬਾਰਕ ਦੀ ਉਹਨੇ ਕਿਹਾ ਮੈਂ ਇੱਕ ਹੀ ਗੱਲ ਕਰਾਂ ਮੈਂ ਹੋਰ ਤੈਨੂੰ ਕੀ ਦੱਸਾਂ ਉਹ ਦੂਰੋਂ ਸੋਹਣਾ ਲੱਗਦਾ ਸੀ ਹੁਣ ਜੁਮਲਾ ਆ ਗਿਆ ਉੱਥੇ ਉਹ ਦੂਰੋਂ ਸੋਹਣਾ ਲੱਗਦਾ ਸੀ ਨੇੜੇ ਆਉਂਦਾ ਸੀ ਤੇ ਹੋਰ ਸੋਹਣਾ ਲੱਗਦਾ ਸੀ ਹੈਂਜੀ ਦੂਰੋਂ ਸੋਹਣਾ ਲੱਗਦਾ ਸੀ ਨੇੜੇ ਆਉਂਦਾ ਸੀ ਤੇ ਹੋਰ ਸੋਹਣਾ ਲੱਗਦਾ ਸੀ ਹਾਏ 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 ਮੈਂ ਹੁਣ ਸਮਝ ਆਈ ਜੇ ਸਰਕਾਰ ਕਿੱਡੇ ਸੋਹਣੇ ਸਨ ਉਹ ਦੂਰੋਂ ਸੋਹਣੇ ਲੱਗਦੇ ਨੇ ਨੇੜੇ ਆਉਂਦੇ ਨੇ ਤੇ ਹੋਰ ਆਵਾਜ਼ ਆ ਨੇੜੇ ਆਉਂਦੇ ਨੇ ਤੇ ਹੋਰ ਉਹ ਐਵੇਂ ਰਲਦੇ ਨੇ ਲੋਕੀ ਉਹ ਐਵੇਂ ਰਲਦੇ ਨੇ ਲੋਕੀ ਤੇਰੇ ਨਾਲ ਸੋਹਣਿਆ 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 ਤੈਨੂੰ ਰੱਬ ਨੇ ਬਣਾਇਆ ਬੇਮਿਸਾਲ 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 ਸੋਹਣਿਆ ਐਵੇਂ ਰਲਦੇ ਨੇ ਲੋਕੀ ਐਵੇਂ ਮੇਰੀ ਗੁਜ਼ਾਰਿਸ਼ ਹੈ ਥੋੜ੍ਹਾ ਮਹਿਫਿਲ ਕੀ ਪਾਕੀਜ਼ਗੀ ਕਾ ਖਿਆਲ ਰੱਖੇ ਬਰਾਏ ਕਰਮ ਬਹੁਤ ਸ਼ੁਕਰੀਆ ਤਮਾਮ ਅਹਿਬਾਬ ਮਹਿਫਿਲ ਕੀ ਪਾਕੀਜ਼ਗੀ ਕਾ ਖਿਆਲ ਰੱਖੇ ਅੱਲਾਹ ਆਪਕੋ ਸਿਹਤ ਦੇ ਤੰਦਰੁਸਤੀ ਦੇ ਬਹੁਤ ਖਿਆਲ ਰੱਖੇ ਮਹਿਫਿਲ ਕੀ ਪਾਕੀਜ਼ਗੀ ਕਾ ਐਵੇਂ ਰਲਦੇ ਨੇ ਬਹੁਤ ਸਾਰੇ ਨਾਥਵਾਂ ਬੈਠੇ ਮੈਂ ਇਨ ਜੈਸਾ ਤੋਂ ਨਹੀਂ ਪੜ੍ਹ ਸਕਦਾ ਲੇਕਿਨ ਮੈਂ ਜੈਸਾ ਪੜ੍ਹ ਸਕਦਾ ਹਾਂ ਵੈਸਾ ਤਾਂ ਜ਼ਰੂਰ ਹੀ ਪੜ੍ਹੂੰਗਾ ਐਵੇਂ ਰਲਦੇ ਨੇ ਲੋਕੀ ਤੇਰੇ ਨਾਲ ਤੁਸੀਂ ਜੇ ਬੁਲਾਓ ਆਕਾ ਰੁੱਖ ਟੁਰ ਪੈਂਦੇ ਨੇ ਤੁਸੀਂ ਜੇ ਬੁਲਾਓ ਆਕਾ ਰੁੱਖ ਟੁਰ ਪੈਂਦੇ ਨੇ ਮੁੱਠੀਆਂ ਚ ਰੋਣੇ ਵੀ ਦਰੂਦ ਪੜ ਲੈਂਦੇ ਨੇ ਮੁੱਠੀਆਂ ਚ ਰੋਣੇ ਵੀ ਦਰੂਦ ਪੜ ਲੈਂਦੇ ਨੇ ਉਹ ਤੇਰੇ ਗਿਣ ਦੱਸਾਂ ਉਹ ਤੇਰੇ ਗਿਣ ਦੱਸਾਂ ਕੀ ਕਮਾਲ ਅੱਛਾ ਸੋਹਣਿਆ ਖਾਲੀ ਤੁਸੀਂ ਕਹਿ ਦਿਓ ਬਾਕੀ ਕੰਮ ਮੈਂ ਆਪ ਕਰ ਲਾਂਗਾ ਉਹ ਤੇਰੇ ਗਿਣ ਦੱਸਾਂ ਕੀ ਕਮਾਲ ਕੀ ਕਮਾਲ
नहीं चासाई की कमाल तेनु रब ने बनाया बेमिसाल सोने एवं रल दिन लोगी सुभान अल्लाह सुभान अल्लाह ओ उन्हें क्या दूरों सोने लगते सन नेड़े आण ते होर सोने हूँ जनाब रोजाना इन्हों के घर मुबारक दियाँ गल्लां मुबारक 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 एक दिन दोवें मां पुत्र बाजार गए सामने हजरत अबू बकर सिद्दीक जा रहे सन मर्जी है तुहाडी तुसीं मौला सिद्दीक के नाम से अड्डा हौले बोलते हो सुभान अल्लाह यह सुनिया का मजमा राफजिया का नहीं इतने नाम मौला अली का ना ला हजरत सिद्दीक अकबर का जाओ असि सारे गुलाम हाँ है जी हजरत सिद्दीक अकबर जा रहे सन नजर पै गई पुत्र दी मोहब्बत दी हजरत अबू बकर दी उन्हें फौरन चीख के क्या अम्मी इंज नहीं एकदम बंदा कहता अम्मी ओ मां ने क्या खैर है की होए उन्हें क्या हाजर रजुलो काना माल मुबारक उन्हें क्या ए बंदा मुबारक दे नाल सी ए बंदा मुबारक दे ना उन्हें आप रखिया सी ना उन्हें आप रखिया सी मुबारक मां नस के गई हजरत अबू बकर के सामने एकदम आ गई उम्मे माबत हजरत अबू बकर ने वेख्या बीबी पता नहीं कौन है की उन्हें क्या आइनल मुबारक क्या मुबारक किधर है हजरत अबू बकर नू की पता के की किना पूछ रही आपने क्या कौन मुबारक उन्हें पता ही नहीं कौन मुबारक उन्हें क्या तुझे साढ़े घर आए सी बकरी दे हाथ फेरे असी जिन्हें आप समझ गए मेरे हजूर की गल हो रही है आपने फरमाया आ फिर तेनू मुबारक नाल मिलावा बोलो सुभान अल्लाह आ तेनू मुबारक नाल मिलावा ते लैके गए सामने मस्जिद नबी दे सैन च मेरे हजूर तशरीफ फरमा रहे मेरे हजूर तशरीफ फरमा रहे हैं मस्जिद नबी सुभान अल्लाह ना घर दिया मुका छड़िया एदे च कुछ भी नहीं है का, दूसरा आएगा नहीं है ही कोई नहीं एक मिनट ठीक है ठीक है नहीं कोई गल नहीं सही है चलो बड़ा है एक बारी जोर नाल जरा एक बारी जोर नाल लब्बैक 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 या रसूल अल्लाह लब्बैक 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 ताजदारे खत्मे नबुवत ताजदारे खत्मे नबुवत सामने मस्जिद नबी च हुजूर तशरीफ फरमाने हैं ते आपने इस्लाम उन्हें क्या जनाब तुसी दसो तुसी है कौन हो अजी तो तुहाडा नाम ही नहीं पुछे सरकार ने सारी गल दसी मैं अल्लाह दा नबी हां उस टाइम उन्हें कलमा पढ़ लिया उस टाइम उन्हें कलमा पढ़ बोलो सुभान अल्लाह बस ठीक है उरे दे दो साढ़े को दे दो इधर ज्यादा जरूरत है भेज दोगे अल्लाह मसले मसले वाला बस मेरी गल मुकन लगी पांच मिनट रह गए ने तुसी अपना टाइम जाया कर रहे हो मैं गल मुका देनी है खुले कराए जे बस तवज्जो कर लो फिर मेरे वाले आखिरी गल मैं हुण करन लगा एक बार कह दो सुभान अल्लाह इसलिए आला हजरत ने क्या लिखा तवज्जो है मेरे इधर देखो बेटे पश्तो में पढ़ता हूँ पहले तवज्जो मेरे तरफ करो है आला हजरत ने लिखा दिल अपना भी शहदाई है उस नाखुने पाका माह कहते हैं चांद को नौ माने नया चरख कहते हैं आसमान को कोहन कहते हैं बूढ़े को और आला हजरत का शेर सुनो चसनाई पैसे वापस शेर सुनो आला हजरत ने कहा सरताबा कदम है तने सुल्ताने जमन फूल लब फूल दहन फूल बदन फूल जकन फूल दिल अपना भी शेदाई है उस नाखुने पाका दिल अपना भी शेदाई है उस नाखुने इतना ना इतना महे नो पे